ਤਨ ਤਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਦੀ ਸਮੂਹ ਟੀਮ ਵੱਲੋਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਵਾਏ ਗਏ। ਇਸ ਮੌਕੇ ਦੀ ਧੀਆਂ ਨੂੰ ਰੋਜ਼ਾਨਾ ਜੀ ਜ਼ਰੂਰਤ ਦਾ ਸਮਾਨ ਦਿੱਤਾ ਗਿਆ। ਪ੍ਰਧਾਨ ਬਰਜਿੰਦਰ ਸਿੰਘ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ 'ਤੇ ਰੌਸ਼ਨੀ ਪਾਈ। ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਉਚੇਚੇ ਤੌਰ 'ਤੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ। ਗੁਰਦੇਵ ਸਿੰਘ, ਹਰਮਿੰਦਰ ਸਿੰਘ ਪਾਟੀਆ, ਕੁਲਵਿੰਦਰ ਸਿੰਘ, ਬਲਰਾਜ ਸਿੰਘ ਅਤੇ ਕਈ ਮੈਂਬਰ ਮੌਜੂਦ ਸਨ। ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਮਾਜ ਭਲਾਈ ਦੇ ਜਿਹੜੇ ਕਾਰਜ ਕਰਦੇ ਆ ਰਹੇ ਨੇ, ਜਿੱਥੇ ਇਹ ਵਿਆਹਾਂ ਦਾ ਜਿਹੜਾ ਇਕੱਠੇ ਸਮੂਹਿਕ ਵਿਆਹ ਕਈ ਵਾਰੀ 11 ਹੋ ਜਾਂਦੇ ਨੇ, ਕਈ ਵਾਰੀ ਵੱਧ ਵੀ ਹੋ ਜਾਂਦੇ ਨੇ, ਉਹ ਇਹਨਾਂ ਦੀ ਸੇਵਾ ਲੱਗੀ ਆ। ਉੱਥੇ ਹੀ ਜਿਹੜੇ ਲੋੜਵੰਦ ਹਸਪਤਾਲਾਂ 'ਚ ਕਈ ਵਾਰੀ ਮੈਡੀਸਨ ਦੀ ਹੁੰਦੀ ਆ, ਉਹਦੀ ਆ ਇਹ ਸੇਵਾ ਕਰਦੇ ਆ। ਕੁਛ ਬੱਚਿਆਂ ਨੂੰ ਫੀਸ ਦੇ ਰੂਪ 'ਚ ਵੀ ਇਹ ਵੀਰ ਸਾਰੀ ਟੀਮ ਸੇਵਾ ਕਰਦੇ ਆ, ਬੀਬੀਆਂ ਨੂੰ ਰਾਸ਼ਨ ਦੇਣ ਦੀ ਵੀ ਸੇਵਾ ਕਰਦੇ। ਸੋ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕਰਦਾ ਵੀ ਇਹ ਜਿਹੜੇ ਸਾਡੇ ਪਿਆਰੇ ਵੀਰ ਨੇ ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ, ਇਹਨਾਂ ਦੇ ਆਪਣਾ ਮਿਹਰ ਭਰਿਆ ਹੱਥ ਰੱਖੀ, ਇਸੇ ਤਰ੍ਹਾਂ ਸਮਾਜ ਭਲਾਈ ਦੇ ਜਿਹੜੇ ਕਾਰਜ ਆ ਹੋਰ ਵੀ ਚੜ੍ਹਦੀ ਕਲਾ 'ਚ ਕਰਦੇ ਰਹਿਣ। ਧੰਨ ਧੰਨ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਨੂੰ ਸਮਰਪਿਤ ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਅੱਜ 11 ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਨੇ। ਇਹਨਾਂ ਆਨੰਦ ਕਾਰਜਾਂ ਵਿੱਚ ਬਹੁਤ ਹੀ ਲੋੜਵੰਦ ਪਰਿਵਾਰ ਦੇ ਜੋੜੀਆਂ ਆਪਣਾ ਆਨੰਦ ਕਾਰਜ ਕਰਵਾ ਰਹੇ ਆ। ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।